ਬਚੰਤ ਕੌਰ ਦੇ ਸਵੈ ਜੀਵਨੀ ਪਗਡੰਡੀਆਂ ਭਾਗ ਦੂਜਾ ਦਾ ਅਗਲਾ ਅੰਗ ਹੈ ਔਰਤ ਦਾ ਦੂਜਾ ਨਾਮ ਜੈਲਸੀ ਹੁਣ ਜਸਪੀਰ ਜਦੋਂ ਕੈਫੇਟੇਰੀਆ ਚੋਂ ਕੰਮ ਕਰਕੇ ਆਉਂਦੀ ਤਾਂ ਮੈਂ ਅਕਸਰ ਆਪਣੇ ਬੈੱਡ ਉੱਤੇ ਬੈਠੀ ਕੋਈ ਨਾ ਕੋਈ ਆਰਟੀਕਲ ਲਿਖ ਲਿਖ ਰਹੀ ਹੁੰਦੀ ਉਹਨੂੰ ਮੇਰਾ ਇਹ ਕੰਮ ਕਾਹਨੇ ਅੱਖ ਨਹੀਂ ਸੀ ਪਹੁੰਦਾ ਆਖਰ ਇੱਕ ਦਿਨ ਔਖੇ ਹੁੰਦੇ ਉਹਨੇ ਕਹਿ ਹੀ ਦਿੱਤਾ ਮੰਮੀ ਸਾਰਾ ਦਿਨ ਕਾਗਜ਼ ਹੀ ਕਾਲੇ ਕਰੀ ਜਾਂਦੇ ਕਦੇ ਬੱਚਿਆਂ ਨੂੰ ਸੈਂਡਵਿਚ ਆਦਿ ਬਣਾ ਕੇ ਦੇ ਦਿਆ ਕਰੋ। ਅਗਲੇ ਦਿਨ ਮੈਂ ਕਿਕੀ ਮਿੱਕੀ ਲਈ ਵੈਜੀਟੇਰੀਅਨ ਸੈਂਡਵਿਚ ਬਣਾ ਦਿਤੇ। ਪਿੱਛੋ ਜਸਵੀਰ ਲਈ ਵੀ ਰੱਖ ਦਿਤੇ। ਕੁੱਕੀ ਤਾਂ ਘਰ ਮੁੜਦਾ ਹੀ ਸ਼ਾਮੀ 7 ਵਜੇ ਸੀ। ਸੋ ਘਰ ਆ ਕੇ ਜਸਵੀਰ ਦੇ ਹੱਥ ਦੀ ਪੱਕੀ ਰੋਟੀ ਖਾ ਕੇ ਹੀ ਖੁਸ਼ ਸੀ। ਕੁੱਕੀ ਨਾ ਮੈਨੂੰ ਘਰ ਦਾ ਕੰਮ ਕਰਨ ਲਈ ਕਹਿੰਦਾ ਨਾ ਹੀ ਨੌਕਰੀ ਕਰਨ ਨੂੰ। ਮੈਂ ਆਪਣੇ ਵੀਰ ਬਲਵੰਤ ਸਿੰਘ ਦੇ ਘਰ ਸੈਂਟਾ ਮוניਕਾ ਚਲੀ ਗਈ। ਉਹ ਆਪਣੇ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋ ਚੁੱਕਿਆ ਸੀ ਤੇ ਉਹਨੂੰ 800 ਡਾਲਰ ਪੈਨਸ਼ਨ ਮਿਲਣ ਲੱਗ ਪਈ ਸੀ ਪੈਸੇ ਦੀ ਭਾਵੇਂ ਉਹਦੇ ਘਰ ਕੋਈ ਤੰਗੀ ਨਹੀਂ ਸੀ ਕਿਉਂਕਿ ਉਹਦਾ ਬੇਟਾ ਤੇ ਬੇਟੀ ਦੋਵੇਂ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ ਕੁੜੀ ਇੱਕ ਕਾਇਜ਼ਰ ਚ ਨਰਸੀ ਨੌਕਰੀ ਕਰਦੀ ਸੀ ਤੇ ਮੁੰਡਾ ਇੱਕ ਸਕੂਲ ਚ ਹੈਂਡੀਕੈਪ ਬੱਚਿਆਂ ਚੋਂ ਇੱਕ ਬੱਚੇ ਦੀ ਪੂਰੀ ਪੂਰੀ ਦੇਖਭਾਲ ਕਰਨ ਦੀ ਨੌਕਰੀ ਤੇ ਲੱਗਿਆ ਹੋਇਆ ਸੀ ਦੋਵੇਂ ਚ ਬੱਚੇ ਚੰਗੀਆਂ ਨੌਕਰੀਆਂ ਕਰ ਰਹੇ ਸਨ ਪਰ ਫਿਰ ਵੀ ਬਲਵੰਤ ਸਿੰਘ ਨੂੰ ਘਰ ਬੈਠਣਾ ਚੰਗਾ ਨਹੀਂ ਸੀ ਲੱਗਦਾ ਪੈਨਸ਼ਨ ਤਾਂ ਚੰਗੀ ਮਿਲਦੀ ਸੀ ਫਿਰ ਵੀ ਦੂਜੇ ਤੀਜੇ ਦਿਨੋਂ ਆਪਣੀ ਫਿਲਮੀ ਸ਼ੂਟਿੰਗ ਉੱਤੇ ਕੋਈ ਨੱਕਾ ਮੋਟਾ ਰੋਲ ਕਰਨ ਜ਼ਰੂਰ ਜਾਂਦਾ ਇਹੋ ਜੇ ਫਿਲਮਾਂ ਚ ਰੋਲ ਕਰਨ ਲਈਏ ਥੇ ਕੈਲੀਫੋਰਨੀਆ ਵਿੱਚ ਹਰ ਏਰੀਆ ਚ ਛੋਟੇ ਛੋਟੇ ਸਟੂਡੀਓ ਬਣੇ ਹੋਏ ਆ ਉੱਥੇ ਜਾ ਕੇ ਸਾਡੇ ਵਰਗੇ ਫਾਲਤੂ ਜੇ ਲੋਕਾਂ ਨੂੰ ਪਰਡੇ ਦੇ ਹਿਸਾਬ ਨਾਲ ਕੰਮ ਮਿਲ ਜਾਂਦਾ ਸੀ ਤੇ ਕੰਮ ਕਰਨ ਦੇ ਨਾਲ ਨਾਲ ਸਟੂਡੀਓ ਦੇ ਮਾਲਕਾਂ ਵੱਲੋਂ 100 ਡਾਲਰ ਹਰੇਕ ਐਕਟਰ ਨੂੰ ਮਿਲ ਜਾਂਦੇ ਸਨ ਸਿਰਫ ਭੀੜ ਵਿੱਚ ਹੀ ਖੜਾ ਹੁੰਦੇ ਇਸ ਕਰਕੇ ਜਦੋਂ ਮੈਂ ਉਹਦੇ ਕੋਲ ਸੈਂਟਾ ਮੋਨੀਕਾ ਰਹਿਣ ਲਈ ਗਈ ਤਾਂ ਉਹਨੇ ਮੇਰਾ ਵੀ ਨਾਮ ਸਟੂਡੀਓ 'ਏਸ਼ੀਅਨ ਐਕਟਰਾ' ਵਿੱਚ ਲਿਖਵਾ ਦਿੱਤਾ। ਇੱਥੇ ਅਸੀਂ ਕੁਝ ਕਰਨਾ ਨਹੀਂ ਸੀ ਹੁੰਦਾ ਸਿਰਫ ਜਿੱਥੇ ਕਿਤੇ ਏਸ਼ੀਅਨ ਲੋਕਾਂ ਦੀ ਭੀੜ-ਭੜੱਕੇ ਦਾ ਕੋਈ ਸੀਨ ਲੈਣਾ ਹੁੰਦਾ ਬਸ ਉਸ ਭੀੜ 'ਚ ਜਾ ਕੇ ਖੜਾ ਹੀ ਹੋਣਾ ਪੈਂਦਾ ਸੀ। 19 ਸਤੰਬਰ 2001 ਨੂੰ ਉਹ ਮੈਨੂੰ ਪਹਿਲੀ ਵਾਰ ਆਪਣੇ ਨਾਲ ਸ਼ੂਟਿੰਗ ਉੱਤੇ ਲੈ ਕੇ ਗਿਆ। ਨਾਲ ਹੀ ਅਸੀਂ ਦੋਹਾਂ ਨੇ ਆਪਣੀਆਂ-ਆਪਣੀਆਂ ਪਸੰਦੀਆਂ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਆਪਣੇ ਨਾਲ ਲੈ ਲਈਆਂ। ਕਿਉਂਕਿ ਥਿਕ ਸੀਨ ਲਈ ਕਈ ਵਾਰ ਸਾਰਾ ਸਾਰਾ ਦਿਨ ਰੁਕਣਾ ਪੈਂਦਾ ਸੀ ਉਸ ਵੇਲੇ ਸਮੇਂ ਚ ਅਸੀਂ ਦੋਵੇਂ ਭੈਣ ਭਾਈ ਆਪਣੀ ਆਪਣੀ ਪਸੰਦੀਆਂ ਕਿਤਾਬਾਂ ਪੜ੍ਹਦੇ ਇਹ ਸ਼ੂਟਿੰਗ ਨਾ ਸਿਰਫ ਸਟੂਡੀਓ ਦੇ ਅੰਦਰ ਹੀ ਹੁੰਦੀ ਸੀ ਬਲਕਿ ਬਹੁਤ ਵਾਰੀ ਆਮ ਸੜਕਾਂ ਉੱਤੇ ਆਮ ਜਨਤਾ ਦੇ ਵਿੱਚ ਵੀ ਸੈੱਟ ਲਗਾ ਕੇ ਕੀਤੀ ਜਾਂਦੀ ਸੀ ਬਲਵੰਤ ਤਾਂ ਇਹ ਕੰਮ ਉਦੋਂ ਤੋਂ ਹੀ ਕਰਨ ਲੱਗ ਪਿਆ ਸੀ ਜਦੋਂ ਤੋਂ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋਇਆ ਸੀ ਪਰ ਮੈਂ ਉਸ ਨਾਲ ਇਹ ਕੰਮ 2001 ਚ ਸ਼ੁਰੂ ਕੀਤਾ ਇਸ ਕੰਮ ਚ ਸਾਡੇ ਦੋਹਾਂ ਭੈਣ ਭਰਾਵਾਂ ਦਾ ਐਂਟਰਟੇਨਮੈਂਟ ਵੀ ਹੁੰਦਾ ਰਹਿੰਦਾ ਤੇ ਦੂਜਾ ਸਾਰੇ ਦਿਨ ਚ ਖਾਣ ਪੀਣ ਲਈ ਵੀ ਸਾਨੂੰ ਸਾਡੀ ਪਸੰਦ ਦਾ ਭੋਜਨ ਮਿਲਦਾ ਰਹਿੰਦਾ ਸੀ ਮੈਂ ਤੇ ਬਲਵੰਤ ਅਸੀਂ ਦੋਵੇਂ ਵੈਜੀਟੇਰੀਅਨ ਫੂਡ ਹੀ ਖਾਂਦੇ ਸੀ ਕਿਉਂਕਿ ਉਹ ਵੀ ਸਤਸੰਗੀ ਸੀ ਇਸ ਕਰਕੇ ਬਹੁਤਾ ਕਰਕੇ ਫਰੂਟ ਤੇ ਵੈਜੀਟੇਰੀਅਨ ਸੈਂਡਵਿਚ ਹੀ ਖਾਂਦੇ ਇਸ ਤੋਂ ਇਲਾਵਾ ਕਈ ਤਰੀਕੇ ਦੇ ਸਲਾਦ ਉੱਥੇ ਪਏ ਹੁੰਦੇ ਜਿਨ੍ਹਾਂ ਚੋਂ ਕੁਝ ਸਲਾਦ ਉਬਲੇ ਹੋਏ ਚਨੇ ਉਬਲੇ ਹੋਏ ਪਟੈਟੋ ਉਬਲੇ ਹੋਏ ਮੱਕੀ ਦੇ ਦਾਣੇ ਆਦਿ ਚੀਜ਼ਾਂ ਇਥੇ ਲਾਸ ਐਂਜਲ ਸਵਿਚ ਬਹੁਤ ਕਰਕੇ ਇੱਕ ਖਾਣਾ ਮੈਕਸੀਕਨ ਰੋਕੀ ਖਾਂਦੇ ਹਫਤੇ ਚ ਇੱਕ ਵਾਰੀ ਮੈਂ ਵੀ ਬਲਵੰਤ ਵੀਰ ਦੇ ਨਾਲ ਛੋਟੇ ਮੋਟੇ ਰੋਲ ਕਰਨ ਲੱਗ ਪਈ ਜਦੋਂ ਕਦੀ ਫਿਲਮ ਬਣ ਕੇ ਤਿਆਰ ਹੁੰਦੀ ਤਾਂ ਕਿਸੇ ਫਿਲਮ ਚ ਆਪਣੇ ਆਪ ਨੂੰ ਵੇਖ ਕੇ ਖੁਸ਼ ਹੁੰਦੇ ਇੱਕ ਵਾਰੀ ਲਾਸ ਐਂਜਲਸ ਸ਼ਹਿਰ ਵਿੱਚ ਅਸੀਂ ਦਿੱਲੀ ਦੇ ਨੇੜੇ ਸ਼ਹਿਰ ਨੌਇਡਾ ਦਾ ਸੀਨ ਕੀਤਾ ਨੂੰ ਮੈਂ ਤੇ ਵੀਰ ਬਲਵੰਤ ਨੇ ਦਿੱਲੀ ਦੇ ਨੌਇਡਾ ਸ਼ਹਿਰ ਵਿੱਚਲੇ ਕਾਲ ਸੈਂਟਰ ਉਤੇ ਬਣੀ ਫਿਲਮ ਚ ਕੰਮ ਕੀਤਾ ਫਿਲਮ ਚ ਸੜਕ ਉਤੇ ਸਬਜ਼ੀ ਵੇਚਣ ਵਾਲੀ ਰੇੜੀ ਉਤੇ ਖੜੇ ਹੋ ਕੇ ਪਿਆਜ਼ ਤੇ ਆਲੂ ਭਾਰਤੀ ਲੋਕਾਂ ਨੂੰ ਵੇਚੇ। ਇਉਂ ਹੀ ਕੰਮ ਮੈਨੂੰ ਦਿਲਚਸਪ ਲੱਗਿਆ। ਇੱਥੇ ਬਲਵੰਤ ਨੇ ਆਪਣਾ ਨਾਂ ਕਈ ਥਾਂ ਲਿਖਵਾ ਰੱਖਿਆ ਸੀ। ਜਿੱਥੇ ਵੀ ਇਹਨਾਂ ਸਟੂਡੀਓ ਵਾਲਿਆਂ ਨੂੰ ਇੰਡੀਅਨ ਭੇੜ ਭੜੱਕੇ ਦੀ ਲੋੜ ਪੈਂਦੀ ਉਹ ਫੋਨ ਕਰਕੇ ਬੁਲਾ ਲੈਂਦੇ। ਇੱਥੇ ਬਲਵੰਤ ਕੋਲ ਆ ਕੇ ਮੈਂ ਬਹੁਤ ਖੁਸ਼ ਰਹਿੰਦੀ ਸੀ। ਉਦੋਂ ਵੀ ਸੈਂਟਾ ਮੋਨਿਕ ਰੋਡ ਉੱਤੇ ਰਹਿੰਦਾ ਸੀ ਤੇ ਅੱਜ ਵੀ ਉੱਥੇ ਰਹਿੰਦਾ ਹੈ। ਇੱਥੇ ਲੋਕੀ ਕਿਸੇ ਵੀ ਕੰਮ ਨੂੰ ਕਦੇ ਛੋਟਾ ਨਹੀਂ ਸਮਝਦੇ। ਬਸ ਇਮਾਨਦਾਰੀ ਤੇ ਹਾਰਡਵਰਕ ਨੂੰ ਮੁੱਖ ਰੱਖਦੇ ਐ ਮੈਨੂੰ ਤਾਂ ਭਾਰਤ ਵਿੱਚ ਵੀ ਕੋਈ ਕੰਮ ਛੋਟਾ ਨਹੀਂ ਸੀ ਲੱਗਦਾ ਭਾਵੇਂ ਮੈਂ ਡੋਰ ਟੂ ਡੋਰ ਕੰਮ ਕੀਤਾ ਭਾਵੇਂ ਬ੍ਰਾਈਟ ਵੇਜ਼ ਦੇ ਸ਼ੋਰੂਮ ਉੱਤੇ ਭਾਵੇਂ ਸਰਕਾਰੀ ਕੈਂਟੀਨ ਚ ਕੋਪਨ ਵੰਡਨ ਦਾ ਤੇ ਦਿੱਲੀ ਮਿਲਕ ਸਕੀਮ ਚ 25 ਰੁਪਏ ਮਹੀਨਾ ਦੁੱਧ ਤੇ ਡਿੱਪੂ ਦੇ ਇਹ ਗੱਲ ਮੈਂ ਚੌਥੀ ਜਮਾਤ ਚ ਪੜ੍ਹਦਿਆਂ ਗੁਰਬਖਸ਼ ਸਿੰਘ ਦੇ ਇੱਕ ਲੇਖ ਕੰਮ ਦੀ ਚੋਣ ਵਿੱਚੋਂ ਸਿੱਖੀ ਸੀ ਜੋ ਅਜੇ ਤੱਕ ਮੈਂ ਆਪਣੇ ਪੱਲੇ ਬੰਨ੍ਹ ਰੱਖੀ ਹੈ ਇਉ ਬਲਵੰਤ ਵੀਰ ਕੋਲ ਰਹਿੰਦਿਆਂ ਮੈਂ ਹੋਰ ਵੀ ਕਈ ਛੋਟੇ-ਮੋਟੇ ਕੰਮ ਕੀਤੇ ਇੱਕ ਵਾਰ ਉਹਦੇ ਪੜੋਸ ਵਿੱਚ ਇੱਕ ਹਿੰਦੁਸਤਾਨੀ ਬਜ਼ੁਰਗ ਰਹਿੰਦਾ ਸੀ 20 ਸਾਲ ਹੋ ਗਏ ਸੀ ਉਹ ਨੂੰ ਇੱਥੇ ਅਮਰੀਕਾ 'ਚ ਰਿਟਾਇਰ ਹੋਇਆ ਉਹਨੂੰ 90 ਕੋਰਿਆਂ ਦਾ ਹੋ ਚੁੱਕਾ ਸੀ ਤੇ ਇਕੱਲਾ ਹੀ ਆਪਣੇ ਫਲੈਟ 'ਚ ਰਹਿ ਰਿਹਾ ਸੀ ਉਹਨੇ ਛੋਟੇ ਜਿਹੇ ਸਪਤਾਹਕ ਪਰਚੇ 'ਚ ਹਿੰਦੁਸਤਾਨੀ ਖਾਣਾ ਬਣਾਉਣ ਵਾਲੇ ਇੱਕ ਵਰਕਰ ਵਾਸਤੇ ਐਡ ਦਿੱਤੀ ਸੀ ਬਲਵੰਤ ਨੇ ਐਡ ਮੈਨੂੰ ਪੜ੍ਹ ਕੇ ਕਿਹਾ ਭੈਣ ਜੀ ਮੇਰੇ ਗੁਆਂਢ 'ਚ ਇੱਕ ਰਹੇਜਾ ਸਾਬੜੇ ਬਜ਼ੁਰਗ ਹਨ ਉਹਨਾਂ ਨੂੰ ਇੱਕ ਇੰਡੀਅਨ ਖਾਣਾ ਬਣਾਉਣ ਵਾਲੀ ਬੀਬੀ ਦੀ ਲੋੜ ਹੈ। ਤੁਸੀਂ ਜਾਣਾ ਚਾਹੋਗੇ? ਤਿੰਨ ਮਕਾਨ ਛੱਡ ਕੇ ਉਹਦਾ ਫਲੈਟ ਹੈ। ਮੈਂ ਕਿਹਾ ਬਲਵੰਤ ਤੂੰ ਮੇਰੇ ਨਾਲ ਚੱਲ ਨੇ ਤਾਂ ਅਸੀਂ ਉਹਨੂੰ ਮਿਲ ਲੈਨੇ ਆਂ। ਸੋ ਉਸ ਤੋਂ ਟੈਲੀਫੋਨ ਤੇ ਟਾਈਮ ਲੈ ਕੇ ਅਸੀਂ ਦੋਵੇਂ ਉਸ ਬਜ਼ੁਰਗ ਕੋਲੇ ਉਹਦੇ ਘਰ ਪਹੁੰਚ ਗਏ। ਸਾਨੂੰ ਦੇਖਦੇ ਹੀ ਜਿਵੇਂ ਉਹਦੇ ਮੁੱਖ ਮੰਡਲ ਉੱਤੇ ਗੁਲਾਬੀ ਜੀ ਭਾਅ ਉਗੜਾਈ। ਅਸੀਂ ਦੋਹਾਂ ਨੇ ਹਿੰਦੁਸਤਾਨੀ ਭਾਸ਼ਾ ਚ ਉਹਨੂੰ ਹੱਥ ਜੋੜ ਕੇ ਨਮਸਤੇ ਕਹੀ ਤੇ ਅਖਬਾਰ ਚ ਦਿੱਤੀ ਐਡ ਬਾਰੇ ਗੱਲ ਕੀਤੀ। ਉਨੇ ਪੂਰੀ ਤਰ੍ਹਾਂ ਸਾਡੇ ਦੋਹਾਂ ਬਾਰੇ ਪੁੱਛ ਕੇ ਚ ਕੀਤੀ ਫਿਰ ਦੱਸਿਆ ਵੀ ਮੇਰੇ ਦੋ ਪੁੱਤਰ ਤਿੱਕਦੀ ਇੱਕ ਪੁੱਤਰ ਮੇਰੀ ਤੀਏ ਸੇ ਸ਼ਹਿਰ ਚ ਰਹਿੰਦੇ ਐ ਪਰ ਕਈ ਕਾਰਨਾ ਕਰਕੇ ਮੇਰੇ ਨਾਲ ਮੇਰੇ ਕੋਲ ਨਹੀਂ ਰਹਿ ਸਕਦੇ ਪਹਿਲਾਂ ਦੋ ਤਿੰਨ ਬਰੇ ਮੇਰੀ ਬੇਟੀ ਮੇਰੀ ਸੇਵਾ ਕਰਦੀ ਰਹੀ ਪਰ ਹੁਣ ਉਹਨੂੰ ਆਪਣੇ ਘਰ ਦੀਆਂ ਕੁਝ ਮਜਬੂਰੀਆਂ ਹਨ ਬਲਵੰਤ ਨੇ ਦੱਸਿਆ ਹੈ ਮੇਰੀ ਵੱਡੇ ਭੈਣ ਜੀ ਹਨ ਗ੍ਰੀਨ ਕਾਰਡ ਹੋਲਡਰ ਹਨ ਤੁਹਾਡੀ ਸੇਵਾ ਕਰਨੇ ਚਾਹੁੰਦੇ ਆ ਤਾਂ ਉਹਨੇ ਕਿਹਾ ਕਿ ਇਹ ਬੀਬੀ ਰਾਤ ਨੂੰ ਵੀ ਮੇਰੇ ਕੋਲ ਮੇਰੇ ਫਲੈਟ ਚ ਰਹਿ ਸਕੇਗੀ ਤਾਂ ਮੈਂ ਇਸ਼ਾਰੇ ਨਾਲ ਬਲਵੰਤ ਨੂੰ ਕਿਹਾ ਨਹੀਂ ਆਖਰ ਗੱਲ ਇੱਥੇ ਮੁੱਕੀ ਕਿ ਦੋ ਵਕਤ ਬਜ਼ੁਰਗ ਦੇ ਫਲੈਟ 'ਚ ਜਾ ਕੇ ਮੈਂ ਉਹਦੇ ਘਰ ਦਾ ਕੰਮ ਕਰਕੇ ਸ਼ਾਮੀ ਬਲਵੰਤ ਦੇ ਕੋਲ ਉਹਦੇ ਘਰ ਚਲੀ ਜਾਵਾਂਗੀ ਬਜ਼ੁਰਗ ਨੂੰ ਮਜਬੂਰੀ ਸੀ ਉਹਨੇ ਕੰਮ ਉੱਤੇ ਆਉਣ ਲਈ ਕਿਹਾ ਮੈਂ ਕਿਹਾ ਅੱਛਾ ਬਾਪੂ ਜੀ ਮੈਂ ਕੱਲ ਤੋਂ ਸਵੇਰੇ ਤੁਹਾਡੇ ਕੋਲ ਆ ਜਾਵਾਂਗੀ ਚਾਹ ਨਾਸ਼ਤਾ ਸਫਾਈ ਆਦ ਜੋ ਘਰ ਦਾ ਕੰਮ ਹੈ ਸ਼ਾਮੀ ਕਰਕੇ ਆਪਣੇ ਘਰ ਚਲੀ ਜਾਵਾਂਗੀ ਫਿਰ ਉਹਨੇ ਪੈਸਿਆਂ ਬਾਰੇ ਪੁੱਛਿਆ ਪੈਸੇ ਤਾਂ ਉਹਨੇ ਪਹਿਲਾਂ ਹੀ ਆਪਣੀ ਅਖਬਾਰ ਵਾਲੀ ਐਡ 'ਚ ਲਿਖੇ ਹੋਏ ਸੀ ਪਰ ਮੈਂ ਤਾਂ ਉਹਦੀ ਸੇਵਾ ਹੀ ਕਰਨੀ ਚਾਹੁੰਦੀ ਸੀ ਉਹਦੀ ਨੌਕਰੀ ਨਹੀਂ ਮੈਂ ਆਪਣੀ ਮਨ ਦੀ ਭਾਵਨਾ ਉਹਨੂੰ ਦੱਸੀ ਪਰ ਬਜ਼ੁਰਗ ਨੇ ਨਹੀਂ ਮੰਨਿਆ ਉਹਨੇ ਆਪਣੀ ਟੱਬਰ ਦੀ ਤੇ ਆਪਣੀ ਪੈਨਸ਼ਨ ਦੀ ਪੂਰੀ ਡਿਟੇਲ ਮੈਨੂੰ ਦੱਸੀ ਕਿ ਮੈਨੂੰ ਅੱਛੀ ਪੈਨਸ਼ਨ ਮਿਲਦੀ ਹੈ ਮੈਂ ਫ੍ਰੀ ਕੰਮ ਨਹੀਂ ਕਰਵਾਉਣਾ ਮੈਂ ਬਹੁਤ ਡਿਸਕਸ਼ਨ 'ਚ ਨਹੀਂ ਸੀ ਪੈਣਾ ਚਾਹੁੰਦੀ ਸੋ ਜਿਵੇਂ ਵੀ ਉਹਨੇ ਕਿਹਾ ਮੰਨ ਲਿਆ 15 ਜੂਨ ਨੂੰ ਉਸ ਬਜ਼ੁਰਗ ਦੀ ਸੇਵਾ 'ਚ ਹਾਜ਼ਰ ਹੋ ਗਈ ਘਰ ਉਹਦਾ ਬਹੁਤਾ ਵੱਡਾ ਨਹੀਂ ਸੀ ਇੱਕ ਬੈੱਡਰੂਮ ਇੱਕ ਡਰਾਇੰਗ ਰੂਮ ਲਾਂਡਰੀ ਦਾ ਕਮਰਾ ਆਦਿ ਸ਼ਾਮੀ ਰੋਜ਼ਾਨਾ ਉਹ ਤੋਤੀ ਮੂੰਗੀ ਮਸਰਾਂ ਦੀ ਦਾਲ ਤੇ ਦੋ ਪਤਲੇ-ਪਤਲੇ ਫੁਲਕੇ ਮੇਰੇ ਕੋਲ ਬਣਵਾਉਂਦਾ ਸੀ ਸਵੇਰ ਦੇ ਨਸਤੇ ਨਾਸ਼ਤੇ 'ਚ ਦਲੀਆ ਜਾਂ ਫਿਰ ਉਪਮਾ ਜੋ ਸੂਜੀ ਦੇ ਕੜਾਵਾੰਗ ਬਣਾਇਆ ਜਾਂਦਾ ਉਹਦੇ ਸਾਰੇ ਕੱਪੜੇ ਧੋਣ ਲਈ ਮੈਂ ਹਫ਼ਤੇ 'ਚ ਤਿੰਨ ਦਿਨ ਮਸ਼ੀਨ ਲਗਾਉਂਦੀ ਉਹ ਕੋਈ ਵੀ ਕੱਪੜਾ ਪ੍ਰੈਸ ਕਰਵਾ ਕੇ ਨਹੀਂ ਸੀ ਪਹਿਨਦਾ ਮਹੀਨਾ ਭਰ ਉਸ ਨਾਲ ਕੰਮ ਕਰਨ ਕਰਕੇ ਮੇਰਾ ਉਸ ਨਾਲ ਮੋਹ ਜਹ ਪੈ ਗਿਆ ਪਿਆਰਤੀ ਵਰਗਾ ਰਿਸ਼ਤਾ ਬਣ ਗਿਆ ਉਹਦੀ ਖੋਈ ਹੋਈ ਖੁਸ਼ੀ ਉਹਦੇ ਚਿਹਰੇ ਉੱਤੇ ਮੋੜਾਈ ਸੀ ਮੈਂ ਬਲਵੰਤ ਵੀਰ ਨਾਲ ਹੁਣ ਸ਼ੂਟਿੰਗ ਉੱਤੇ ਜਾਣਾ ਛੱਡ ਦਿੱਤਾ ਸੀ। ਉਹ ਹਰ ਸ਼ੁੱਕਰਵਾਰ ਬਿਨਾਂ ਕੁਝ ਬੋਲੇ ਮੇਰੇ ਹੱਥ 'ਚ 200 ਡਾਲਰ ਦਾ ਚੈੱਕ ਫੜਾ ਦਿੰਦਾ। ਇਹ ਪੈਸੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਸਨ। ਕੰਮ ਤਾਂ ਉੱਥੇ ਬਹੁਤ ਹੈਵੀ ਨਹੀਂ ਸੀ ਤੇ ਸ਼ਾਮੀ ਜਦੋਂ ਆਪਣੇ ਹੈਲਪਰ ਨਾਲ ਸੈਰ ਕਰਨ ਜਾਂਦਾ ਤਾਂ ਮੈਂ ਆਪਣੇ ਘਰ ਆ ਜਾਂਦੀ। ਉਹ ਬਜ਼ੁਰਗ ਵੀ ਖੁਸ਼ ਸੀ ਤੇ ਮੈਂ ਵੀ ਤੇ ਬਲਵੰਤ ਵੀਰ ਵੀ। ਹੁਣ ਮੈਨੂੰ ਇੱਥੇ ਕੰਮ ਕਰਦਿਆਂ ਤਿੰਨ ਕੁ ਮਹੀਨੇ ਹੋ ਗਏ ਸੰਤ ਐਮਰੀਕਾ ਵਿੱਚੋਂ ਆਇਆ ਤਿੰਨ ਵਰੇ। ਕੁਕੀ ਬਾਰ-ਬਾਰ ਮੈਨੂੰ ਫੋਨ ਕਰਦਾ ਮਮੀ ਤੁਸੀਂ ਮਾਮੇ ਘਰ ਜਾ ਕੇ ਬੈਠ ਕੇ ਉਹ ਘਰ ਮੁੜਾਓ ਦੱਸੋ ਮੈਂ ਕਦੋਂ ਲੈਣਾ ਵਾ ਪਰ ਮੇਰਾ ਜੀ ਤਾਂ ਅੰਦਰੋਂ ਉੱਥੇ ਜਾਣ ਨੂੰ ਨਹੀਂ ਸੀ ਕਰਦਾ ਕੁਕੀ ਦੇ ਰੋਜ਼-ਰੋਜ਼ ਫੋਨ ਆਉਣ ਲੱਗੇ ਮੈਂ ਉਹਨੂੰ ਦੱਸਿਆ ਸੀ ਕਿ ਮੈਂ ਕਿਸੇ ਬਜ਼ੁਰਗ ਦੀ ਸੇਵਾ ਵਿੱਚਾਂ ਆਖਿਰ ਕੁਕੀ ਬਿਨਾਂ ਦੱਸੇ ਬਲਵੰਤ ਮਾਮੇ ਦੇ ਘਰ ਸੈਂਟਾ ਮੋਨਿਕਾ ਆ ਗਿਆ ਮੈਨੂੰ ਘਰ ਨਾ ਵੇਖ ਮੇਰੇ ਬਾਰੇ ਪੁੱਛਿਆ ਤਾਂ ਬਲਵੰਤ ਨੇ ਸੱਚੋ ਸੱਚ ਦੱਸ ਦਿੱਤਾ ਕਿ ਮੈਂ ਇੱਕ ਬਜ਼ੁਰਗ ਦੀ ਸੇਵਾ 'ਚ ਜਾਂਦੀ ਆਂ ਜੋ ਹਰ ਹਫਤੇ 200 ਡਾਲਰ ਦਿੰਦਾ ਹੈ ਗੱਲ ਚੁਪਾਉਣੀ ਚਾਹੀਦੀ ਵੀ ਨਹੀਂ ਸੀ ਮੈਂ ਸੋਚਿਆ ਉਹਨੇ ਚੰਗਾ ਹੀ ਕੀਤਾ ਤੇ ਉਹ ਹੁਣ ਬਲਵੰਤ ਦੇ ਘਰ ਬੈਠਾ ਮੈਨੂੰ ਉਡੀਕ ਰਿਹਾ ਸੀ ਤੇ ਬਲਵੰਤ ਮਾਮੇ ਨੇ ਬਜ਼ੁਰਗ ਦੇ ਘਰ ਫੋਨ ਕਰਕੇ ਮੈਨੂੰ ਕਹਿਤਾ ਸੀ ਕਿ ਭੈਣ ਜੀ ਤੁਸੀਂ ਬਜ਼ੁਰਗ ਤੋਂ ਮਾਫੀ ਮੰਗ ਕੇ ਆਉਣਾ ਕਿਕੀ ਤੁਹਾਨੂੰ ਲੈਣ ਆਇਆ ਮੈਂ ਬਜ਼ੁਰਗ ਨੂੰ ਕੁਝ ਕਹਿਣ ਤੋਂ ਬਿਨਾਂ ਹੀ ਬਲਵੰਤ ਦੇ ਘਰ ਆ ਗਈ ਕੁਕੀ ਦੇ ਚਿਹਰੇ ਉੱਤੇ ਇੱਕ ਸ਼ਿਕਵਾ ਵੀ ਸੀ ਉਦਾਸੀ ਵੀ ਸਾਰੀ ਗੱਲ ਮੈਂ ਕੁਕੀ ਨੂੰ ਸੱਚੋ ਸੱਚ ਦੱਸ ਦਿੱਤੀ ਤੇ ਕਿਹਾ ਕੁਕੀ ਇੱਕ ਹਫਤਾ ਮੈਂ ਤੂੰ ਮੈਨੂੰ ਦੇ ਦੇ ਮੈਂ ਉਸ ਬਜ਼ੁਰਗ ਨੂੰ ਕੋਈ ਹੋਰ ਸਹਾਰਾ ਲੱਭ ਦਿਆਂ ਇੱਕਦਮ ਇਹ ਗੱਲ ਬਹੁਤ ਔਖੀ ਸੀ ਬੜੀ ਮੁਸ਼ਕਲ ਨਾਲ ਬਲਵੰਤ ਨੇ ਕੁਕੀ ਨੂੰ ਕਿਹਾ ਮੈਂ ਆਪ ਭੈਣ ਨੂੰ ਤੁਹਾਡੇ ਘਰ ਕੈਸਟਰ ਸਟਰੀਟ ਛਾ ਡਾਵਾਂਗਾ ਪਹਿਲਾਂ ਉਸ ਬਜ਼ੁਰਗ ਨੂੰ ਕੋਈ ਬੰਦਾ ਲੱਭ ਜਾਏ ਪਰ ਕੁਕੀ ਅੰਦਰੋਂ ਅੰਦਰ ਹੀ ਇਹ ਮਹਿਸੂਸ ਕਰ ਰਹੀ ਸੀ ਕਿ ਮੰਮੀ ਮੇਰੇ ਘਰ ਖੁਸ਼ ਨਹੀਂ ਖੈਰ ਬਲਵੰਤ ਨੇ ਖੁਦ ਹੀ ਇੱਧਰ ਉੱਧਰ ਅਖਬਾਰ ਫਰੋਲਦੇ ਆ ਉਸ ਬਜ਼ੁਰਗ ਲਈ ਕਿ ਚੰਗਾ ਹਿੰਦੁਸਤਾਨੀ ਲੜਕਾ ਲੱਭ ਦਿੱਤਾ ਜਿਹਨੂੰ ਪੈਸਿਆਂ ਦੀ ਬਹੁਤ ਲੋੜ ਸੀ ਤੇ ਜਦੋਂ ਮੈਂ ਆਪਣੀ ਮਜਬੂਰੀ ਬਜ਼ੁਰਗ ਨੂੰ ਦੱਸੀ ਤਾਂ ਉਹਦਾ ਚਿਹਰਾ ਸੱਚਮੁੱਚ ਪੀਲਾ ਜਾ ਪੈ ਗਿਆ ਤੇ ਮੇਰਾ ਮਨ ਵੀ ਭਾਰ ਆਇਆ ਇੱਥੇ ਅਮਰੀਕਾ 'ਚ ਵੈਸੇ ਤਾਂ ਬਜ਼ੁਰਗਾਂ ਲਈ ਬਹੁਤ 올ਡ ਹਾਊਸ ਬਣੇ ਹੋਏ ਐ ਜਿਨ੍ਹਾਂ 'ਚ ਮੈਡੀਕਲ ਫੈਸਿਲਿਟੀਆਂ ਤੇ ਮਨਪੋਂਦਾ ਖਾਣਾ ਸਰਕਾਰ ਵੱਲੋਂ ਮਿਲਦਾ ਹੈ ਹੋਰ ਵੀ ਫਨ ਕਰਨ ਲਈ ਘਰੋਂ ਬਾਹਰ ਸਰਕਾਰੀ ਬਸਾਂ ਬਜ਼ੁਰਗਾਂ ਨੂੰ ਲੈ ਕੇ ਜਾਂਦੀਆਂ ਸ਼ਾਪਿੰਗ ਸਟੋਰਾਂ ਉੱਤੇ ਸ਼ਾਪਿੰਗ ਵੀ ਕਰਵਾਉਂਦੀਆਂ ਫੇਰ ਵੀ ਸਾਡੇ ਭਾਰਤੀ ਬਜ਼ੁਰਗਾਂ ਨੂੰ ਇਹਨਾਂ 올ਡ ਹਾਊਸ 'ਚ ਰਹਿਣਾ ਬਹੁਤ ਮੁਸ਼ਕਿਲ ਲੱਗਦਾ ਹੈ ਸਭ ਤੋਂ ਵੱਡੀ ਗੱਲ ਕਿ ਹਿੰਦੁਸਤਾਨੀ ਕਲਚਰ ਤੇ ਹਿੰਦੁਸਤਾਨੀ ਖਾਣਾ ਨਹੀਂ ਸੀ ਮਿਲਦਾ ਇਸੇ ਕਰਕੇ ਇਸ ਬਜ਼ੁਰਗ ਨੂੰ ਮੇਰੇ ਨਾਲ ਖਾਸ ਲਗਾਉ ਜਿਆ ਹੋ ਗਿਆ ਸੀ ਅਸੀਂ ਦੋਵੇਂ ਮਿਲ ਕੇ ਸਵੇਰ ਦੇ ਨਾਸ਼ਤੇ ਵਿੱਚ ਹੁਣ ਮਿੱਸੇ ਪਰੌਂਠੇ ਖਾਂਦੇ ਦੁਪਹਿਰ ਨੂੰ ਪਰਵੇਂ ਕarele ਤੇ ਕੜੀ ਆਦਮਾ ਬਣਾ ਲੈਂਦੀ ਜਿਸ ਨਾਲ ਉਹਦਾ ਮਨ ਸੰਤੁਸ਼ਟ ਹੋ ਜਾਂਦਾ ਮੈਂ ਵੀ ਉੱਥੇ ਖੁਸ਼ ਸੀ ਪਰ ਕੁੱਕੀ ਨੂੰ ਇਹ ਸਭ ਪਸੰਦ ਨਹੀਂ ਸੀ ਆਖਰ ਮੈਂ ਮੁੜ ਕੁੱਕੀ ਦੇ ਘਰ ਆ ਗਈ ਹੁਣ ਪਹਿਲਾਂ ਪਹਿਲ ਤਾਂ ਆਪਣੀ ਪੜ੍ਹਾਈ ਲਿਖਾਈ ਵੱਲ ਰੁਝਾਨ ਕਰਨਾ ਸ਼ੁਰੂ ਕੀਤਾ ਪਰ ਕਿੰਨਾ ਕੁ ਚਿਰ ਲਿਖਿਆ ਜਾ ਸਕਦਾ ਹੈ ਕਿੰਨਾ ਕੁ ਸਮਾਂ ਸਿਮਰਨ ਭਗਤੀ ਵੱਲ ਆਇਆ ਜਾ ਸਕਦਾ ਹੈ ਮੁਸ਼ਕਲ ਨਾਲ 2-3 ਘੰਟੇ ਆਖਰ ਲਗਾਤਾਰ ਬੈਠ ਕੇ ਵੀ ਬੰਦਾ ਥੱਕ ਹੀ ਜਾਂਦਾ ਸੱਚ ਜਾਣਿਓ ਦਿਮਾਗ ਹੀ ਕੰਮ ਨਾਲੋਂ ਮੈਨੂੰ ਫਿਜ਼ੀਕਲ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਸੋ ਮੈਂ ਜਸਵੀਰ ਨੂੰ ਕਿਹਾ ਵੀ ਜਸਵੀਰ ਮੈਨੂੰ ਇੱਕ ਦਿਨ ਫੇਰ এমਪਲॉयਮੈਂਟ ਐਕਸਚੇਂਜ ਲਈ ਚੱਲ ਦੇਖਦੇ ਹਾਂ ਉੱਥੇ ਕਿਹੜੇ-ਕਿਹੜੇ ਕੰਮਾਂ ਲਈ ਫਾਰਮ ਭਰੇ ਜਾ ਰਹੇ ਉੱਥੇ ਜਾ ਕੇ ਦੇਖਿਆ ਸਲਾਈ ਦੇ ਕੰਮ ਲਈ ਤੇ ਕਾਰਪੈਂਟਰ ਲਈ ਬਹੁਤ ਵੋਕੇਂਸੀਆਂ ਖਾਲੀ ਸੀ ਕੈਫੇਟੇਰੀਆ ਵਰਕਰ ਵੀ ਚਾਹੀਦੇ ਸੀ ਮੁੜ ਮੈਂ ਕੈਫੇਟੇਰੀਆ ਵਰਕਰ ਲਈ ਹੀ ਫਾਰਮ ਭਰ ਦਿੱਤਾ ਨਾਲੇ ਉਹਨਾਂ ਕੋਲ ਮੇਰੇ ਪਹਿਲੇ ਐਕਸਪੀਰੀਅੰਸ ਦੇ ਪੇਪਰ ਸਨ ਹੁਣ ਕੋਈ ਇੰਟਰਵਿਊ ਨਹੀਂ ਹੋਣੀ ਸੀ ਤੇ ਨਾ ਕੁਝ ਹੋਰ ਪਰ ਮੈਡੀਕਲ ਫਿਰ ਵੀ ਹੋਣਾ ਜ਼ਰੂਰੀ ਸੀ ਤੇ ਮੈਨੂੰ ਉਹਨਾਂ ਨੇ ਮੇਰਾ ਫਾਰਮ ਹੱਥ ਫੜਾਉਂਦਿਆਂ ਹੀ ਮੈਡੀਕਲ ਕਰਾਉਣ ਵਾਸਤੇ ਜਾਣ ਲਈ ਕਹਿ ਦਿੱਤਾ ਧੰਨਵਾਦ